ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਨੇ ਆ ਜੀ ਟੇਸਟੀ ਜੇ ਟਿੱਕੀ ਉਹਦੇ ਵਾਸਤੇ ਆਪਾਂ ਕਈ ਕੀ ਸਮਾਨ ਲਿਆ ਦੇਖਦੇ ਆ ਇੱਧਰ ਆਪਾਂ ਕੜਾਹੀ ਗਰਮ ਰੱਖ ਲਈ ਜੀ ਦੋ ਕ올ੀਆਂ ਇਹਦੇ ਵਿੱਚ ਆਪਾਂ ਪਾਣੀ ਦੀਆਂ ਪਾਉਣੀਆਂ ਆ ਦੋ ਇੱਕ ਇੱਕ ਭਾਂਡਾ ਤੁਸੀਂ ਸੈੱਟ ਕਰ ਲਓ ਮੇਰੇ ਕੋ ਜੀਆਂ ਕ올ੀਆਂ ਲਈਆਂ ਦੋ ਕ올ੀਆਂ ਪਾਣੀ ਦੀਆਂ ਪਾਈਆਂ ਜੀਰਾ ਪਾ ਦਿੱਤਾ ਆ ਨਮਕ ਪਾ ਦਿੱਤਾ ਆ ਤੇ ਇੱਕ ਚਮਚਾ ਜਿਹੜਾ ਦੇਸੀ ਘਿਓ ਦਾ ਪਾਤਾ ਤੇਲ ਪਾ ਦਾ ਘਿਓ ਪਾ ਦ ਪਰ ਮੈਂ ਦੇਸੀ ਘਿਓ ਪਾਇਆ ਤੇ ਇਹਨੂੰ ਮਿਕਸ ਕਰਦੇ ਆ ਚੰਗੀ ਤਰ੍ਹਾਂ ਫਿਰ ਇਹਨੂੰ ਵਾਲੀ ਆਉਣ ਦੰਨੇ ਆ ਇਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ ਪਾਉਣੀ ਆ ਸੂਜੀ ਇੱਕ ਕੌਲੀ ਸੂਜੀ ਦੀ ਆਪਾਂ ਲਈ ਆ ਤੇ ਇਹਦੇ ਨਾਲ ਜਿਹੜੀਆਂ ਟਿੱਕੀਆਂ ਬਹੁਤ ਸੌਫਟ ਬਹੁਤ ਟੇਸਟੀ ਬਣਦੀਆਂ ਆ ਸੂਜੀ ਦੀ ਆਪਾਂ ਇੱਕ ਕੌਲੀ ਲਈ ਜੀ ਉਹਨੂੰ ਥੋੜੀ ਥੋੜੀ ਪਾ ਕੇ ਹੌਲੀ ਹੌਲੀ ਇਹਨੂੰ ਮਿਕਸ ਕਰਦੇ ਰਹਿਣਾ ਆ ਨਾਲ ਦੀ ਨਾਲ ਤਾਂ ਕਿ ਇਹਦੇ ਵਿੱਚ ਗੱਠਾ ਨਾ ਬਣਨ ਫਿਰ ਵੀ ਇਹਨੂੰ ਆਪਾਂ ਘੱਟ ਸੇਕਦੇ ਉੱਤੇ ਜੀ ਪਕਾਉਣਾ ਹੈ 2 ਕਮਿੰਟ ਇਹਨੂੰ ਲੱਗਣੇ 2 ਕਮਿੰਟ ਵਿੱਚ ਇਹਨ ਵਧੀਆ ਟਿੱਕੀ ਬਣਨੇ ਵਾਲੀ ਸ਼ੇਪ ਦੇ ਵਿੱਚ ਆ ਜਾਣਾ ਹੈ ਤੇ ਘੱਟ ਸੇਕਦੇ ਉੱਤੇ ਇਹਨੂੰ ਆਪਾਂ ਇਦਾਂ ਦਬਾ-ਦਬਾ ਕੇ ਇਹਦੇ ਵਿੱਚ ਗੱਠਾ ਨਾ ਕੋਈ ਵੀ ਰਹਿਣ ਤੇ ਚੰਗੀ ਤਰ੍ਹਾਂ ਇਦਾਂ ਇਹਨੂੰ ਹਿਲਾਇ ਜਾਣਾ ਤੇ ਪਕਾਈ ਜਾਣਾ ਹੈ ਫਿਰ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਟ ਦਿੰਨੇ ਆ ਜਦੋਂ ਇਹ ਇਕੱਠਾ ਹੋ ਜਾਂਦਾ ਹੈਨ ਵਧੀਆ ਤਰੀਕੇ ਦੇ ਨਾਲ ਤੇ ਦੇਖੋ ਜੀ ਮੈਨੂੰ 1.5 ਮਿੰਟ ਲੱਗਿਆ ਤੇ ਸੂਜੀ ਆਪਣੀ ਜਿਹੜੀ ਐਨ ਸਹੀ ਤਰੀਕੇ ਵਿੱਚ ਹੋ ਗਈ ਜਿੱਦਾਂ ਦੀ ਜੰਮਣੀ ਆ ਹੁਣ ਮੈਂ ਇੱਕ ਡੋਂਗੇ 'ਚ ਇਹਨੂੰ ਕੱਢ ਦੰਨੀ ਆ ਪਹਿਲਾਂ ਤੇ ਦੇਖੋ ਜੀ ਆਪਾਂ ਇਹਨੂੰ ਕੱਢ ਕੇ ਰੱਖ ਦੰਨੇ ਆ ਫਿਰ ਆਪਾਂ ਇੱਕ ਕਾਲੂ oval ਕੇ ਛਿੱਲ ਲਿਆ ਇੱਕੋ ਹੀ ਆਲੂ ਆਪਾਂ ਪਾਉਣਾ ਇਹਦੇ ਵਿੱਚ ਇਹਨੂੰ ਆਪਾਂ ਕੱਦੂਕਸ ਕਰ ਲੈਣੇ ਆ ਮੋٹے ਪਾਸੇ ਤੋਂ ਕਦੂਕਾਸ ਕਰਕੇ ਤੇ ਲਓ ਜੀ ਆਪਾਂ ਕਦੂਕਾਸ ਕਰ ਲਿਆ ਆਲੂ ਇਹਨੂੰ ਵੀ ਆਪਾਂ ਸੂਜੀ ਦੇ ਵਿੱਚ ਜਿਹੜਾ ਮਿਕਸ ਕਰ ਦੇਣਾ ਆ ਗਰਮ ਮੈਸ ਕਰਕੇ ਆਪਾਂ ਚਮਚੀ ਨਾਲ ਕਰਨ ਲੱਗੇ ਆ ਹੱਥ ਨਾਲ ਕਰਨੀ ਹੋਣਾ ਇਹ ਤੇ ਗਰਮ ਚੰਗੀ ਤਰ੍ਹਾਂ ਇਦਾਂ ਇਹਨੂੰ ਮਿਕਸ ਕਰ ਦੇਣਾ ਸਵਾਰ ਕੇ ਤੇ ਫਿਰ ਆਪਾਂ ਇਹਨੂੰ ਬੜੇ ਭਾਂਡੇ ਵਿੱਚ ਕੱਢ ਲੈਣੇ ਕਿਉਂਕਿ ਇਹ ਜਲਦੀ ਠੰਡਾ ਨਹੀਂ ਹੋਣਾ ਆਪਾਂ ਹੱਥ ਨਹੀਂ ਇਹਨੂੰ ਹੱਲੇ ਲੱਗਦਾ ਹੁਣ ਆਪਾਂ ਇਹਨੂੰ ਇੱਕ ਬڑے ਭਾਂਡੇ ਵਿੱਚ ਕੱਢ ਕੇ ਤੇ ਇਹਦੇ ਵਿੱਚ ਜਿਹੜੇ ਮਸਾਲੇ ਹੋਰ ਪਾਉਣੇ ਆ ਉਹ ਆਪਾਂ ਇਹਦੇ ਵਿੱਚ ਪਾ ਦਨੇ ਚਾਟ ਮਸਾਲਾ ਪਾਇਆ ਜੀ ਟੇਸਟ ਵਾਸਤੇ ਲਾਲ ਮਿਰਚ ਪਾਤੀ ਕੁੱਟਿਓ ਤੇ ਥੋੜਾ ਜਿਹਾ ਮੈਂ ਪਾਤਾ ਗਰਮ ਮਸਾਲਾ ਤੇ ਇਹ ਪਾਇਆ ਜੀ ਕਾਰਨਫਲੋਰ 4 ਚਮਚ ਵਾਈਂਡਿੰਗ ਵਾਸਤੇ 4 ਚਮਚ ਆਪਾਂ ਕਾਰਨਫਲੋਰ ਦੇ ਪਾਏ ਆ ਮੈਦਾ ਪਾ ਸਕਦੇ ਆ ਚੌਲਾਂ ਦਾ ਆਟਾ ਵੀ ਪਾ ਸਕਦੇ ਆ ਤੇ ਇਹ ਪਾਤਾ کافی ਸਾਰ ਹਰਾਤਾ ਨਹੀਂ ਆ ਤੇ ਇਹਦੇ ਵਿੱਚ ਹੁਣ ਇੱਕ ਚਮਚ ਆਪਾਂ ਕੋਸਾ ਜਿਹਾ ਤੇਲ ਪਾਉਣਾ ਜਿਆਦਾ ਗਰਮ ਨਹੀਂ ਕੋਸਾ ਜਿਹਾ ਤੇਲ ਜਿਹੜਾ ਇੱਕ ਚਮਚ ਆਪਾਂ ਉਹਦਾ ਪਾਤਾ ਬਿਲਕੁਲ ਥੋੜਾ ਹੀ ਪਾਇਆ ਦੇਖ ਲਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਮਸਾਲਿਆਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਦਾ ਇੱਕ ਆਪਾਂ ਵਧੀਆ ਜਿਹਾ ਆਟੇ ਦੀ ਤਰ੍ਹਾਂ ਇਹਨੂੰ ਆਪਾਂ ਤਿਆਰ ਕਰ ਲੈਣਾ ਹੈ ਤੇ ਲੋ ਜੀ ਆਪਾਂ ਇਹਨ ਮਿਕਸ ਕਰ ਲਿਆ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲਿਆ ਆ ਤੇ ਹੁਣ ਆਪਾਂ ਹੱਥ ਧੋ ਲੈਣੇ ਧੋ ਕੇ ਹੱਥਾਂ ਨੂੰ ਤੇਲ ਲਾਣੇ ਆ ਮੜਾ ਜਿਆ ਤੇ ਹੱਥ ਆਪਾਂ ਧੋ ਲੈ ਜੇ ਹੁਣ ਤੇਲ ਲਾ ਲਿਆ ਤੇਲ ਲਾ ਕੇ ਆਪਾਂ ਛੋਟੇ ਛੋਟੇ ਦੇ ਪੋਰਸ਼ਨ ਲੈ ਕੇ ਤੇ ਟਿੱਕੀ ਦੀ ਸ਼ੇਪ ਦੇ ਵਿੱਚ ਇਹਨੂੰ ਆਪਾਂ ਤਿਆਰ ਕਰ ਲੈਣਾ ਆ ਤੇ ਤਿਆਰ ਕਰਕੇ ਤੇ ਫਿਰ ਆਪਾਂ ਇਹਨੂੰ ਬਣਾਉਨੇ ਆ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਬਹੁਤ ਜਲਦੀ ਬਣਦਾ ਤੇ ਬਹੁਤ ਟੇਸਟੀ ਬਣਦਾ ਸਾਫ ਸੁਥਰਾ ਬਣਦਾ ਆ ਤੇ ਆਪਾਂ ਇਸ ਕਰਕੇ ਹਰ ਇੱਕ ਚੀਜ਼ ਬਹੁਤ ਸੌਖੇ ਤਰੀਕੇ ਨਾਲ ਬਣਾਉਣੇ ਹੁੰਦੇ ਨੇ ਦੇਖੋ ਆਪਾਂ ਛੋਟਾ ਜਿਹਾ ਨਿੰਬੂ ਜਿੰਨਾ ਪੋਰਸ਼ਨ ਲਿਆ ਗੋਲ ਕੀਤਾ ਉਹਨੂੰ ਹੱਥਾਂ ਤੇ ਦਬਾਇਆ ਤੇ ਟਿੱਕੀ ਦੀ ਸ਼ੇਪ ਆਪਾਂ ਦੇ ਦਿੱਤੀ ਕੋਈ ਵੀ ਸ਼ੇਪ ਤੁਸੀਂ ਲੈ ਸਕਦੇ ਆ ਆਪਾਂ ਟਿੱਕੀ ਬਣਾਣੀ ਦਾ ਟਿੱਕੀ ਦੀ ਸ਼ੇਪ ਦੇਵਾਂਗੇ ਤੇ ਲਓ ਜੀ ਇੰਨੇ ਕ ਪੀਸ ਮੈਂ ਪਹਿਲਾਂ ਜਿਹੜੇ ਆ ਤਿਆਰ ਕਰ ਲਏ ਆ ਤੇ ਉਧਰ ਮੈਂ ਇੱਕ ਰੱਖਿਆ ਹੈ ਤਵਾ ਤੇ ਤੁਸੀਂ ਜੋ ਚੌਰਸ ਬਣਾਣੇ ਆ ਲੰਬੇ ਬਣਾਣੇ ਜਿੱਦਾਂ ਦੇ ਬਣਾਣੇ ਬਣਾ ਸਕਦੇ ਆ ਤਵੇ ਦੇ ਉੱਤੇ ਆਪਾਂ ਥੋੜਾ ਜਿਹਾ ਪਾਇਆ ਤੇਲ ਤੇ ਤੇਲ ਪਾ ਕੇ ਆਪਾਂ ਜਿਹੜੀਆਂ ਟਿੱਕੀਆਂ ਸੀ ਉਹ ਰੱਖ ਦਿੱਤੀਆਂ ਆ ਉਹਨਾਂ ਨੂੰ ਸੇਕ ਲੱਗ ਗਿਆ ਇੱਕ ਪਾਸੇ ਤੇ ਹੌਲੀ-ਹੌਲੀ ਆਪਾਂ ਇਹਨਾਂ ਨੂੰ ਕਿਉਂਕਿ ਸੂਜੀ ਦੀਆਂ ਆ ਸੌਫਟ ਜ਼ਿਆਦਾ ਆ ਇਸ ਕਰਕੇ ਹੌਲੀ-ਹੌਲੀ ਇਹਨਾਂ ਨੂੰ ਆਪਾਂ ਪਹਿਲਾਂ ਪਲਟ ਦਵਾਂਗੇ ਤੇ ਫਿਰ ਇਹਨਾਂ ਨੂੰ ਵੀ ਸੇਕ ਲੱਗ ਗਿਆ ਥੋੜਾ ਜਿਹਾ ਤੇ ਦੂਜੇ ਪਾਸੇੋਂ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਤੇ ਹਾਂ ਦੇਖ ਲਓ ਜੀ ਆਪਾਂ ਸਾਰੀਆਂ ਦੂਜੇ ਪਾਸੇ ਫਿਰ ਪਲਟਤੀਆਂ ਸੀਆਂ 2-3 ਵਾਰੀ ਆਪਾਂ ਇਦਾਂ ਪਲਟ ਪਲਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਆਦਾ ਤੇਲ ਚ ਨਹੀਂ ਆਪਾਂ ਬਣਾਈਆਂ ਦੇਖੋ ਥੋੜਾ ਜਿਹਾ ਤੇਲ ਆਪਾਂ ਤਵੇ ਦੇ ਉੱਤੇ ਪਾਇਆ ਉਹਦੇ ਵਿੱਚੇ ਆਪਾਂ ਤਿਆਰ ਕੀਤੀਆਂ ਬਹੁਤ ਹੀ ਟੇਸਟੀ ਬਹੁਤ ਹੀ ਸੌਫਟ ਇਹ ਸੂਜੀ ਦੀਆਂ ਜਿਹੜੀਆਂ ਟਿੱਕੀਆਂ ਬਣ ਕੇ ਤਿਆਰ ਹੋ ਜੰਨੀਆਂ ਆ ਤੇ ਤੁਸੀਂ ਵੀ ਬਣਾਓ ਕਮੈਂਟ ਕਰਕੇ ਦੱਸਿਓ ਤੁਹਾਡੀਆਂ ਟਿੱਕੀਆਂ ਕਿੱਦਾਂ ਦੀਆਂ ਬਣੀਆਂ ਆਪਾਂ ਵੀਡੀਓ ਉਹੀ ਪਾਉਨੇ ਹੁੰਨੇ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਬਣ ਜਾਵੇ ਤੇ ਹਰ ਕੋਈ ਬਣਾ ਸਕੇ ਤੇ ਸਿੰਪਲ ਜੇ ਘਰ ਦੇ ਸਮਾਨ ਦੇ ਨਾਲ ਹੀ ਆਪਾਂ ਹਰ ਇੱਕ ਵੀਡੀਓ ਬਣਾ ਕੇ ਪਾਉਨੇ ਦੇਖੋ ਤੁਹਾਨੂੰ ਬਿਲਕੁਲ ਨੇੜੇੋਂ ਦਿਸਦਾ ਹੋਊਗਾ ਤੇ ਬਹੁਤ ਹੀ ਵਧੀਆ ਸ਼ੇਪ ਤੇ ਬਹੁਤ ਹੀ ਵਧੀਆ ਕਲਰ ਇਹਨਾਂ ਦਾ ਆ ਗਿਆ ਜਿਆਦਾ ਡਾਰਕ ਨਹੀਂ ਇਹਨਾਂ ਨੂੰ ਆਪਾਂ ਕਰਨਾ ਕਿਉਂਕਿ ਪਕਾਉਣੀਆਂ ਹੀ ਆ ਆਪਾਂ ਕਈ ਵਾਰੀ ਉਲਟ-ਪਲਟ ਕਰਕੇ ਆਪਾਂ ਘੱਟ ਸੇਕ ਦੇ ਉੱਤੇ ਇਹਨਾਂ ਨੂੰ ਪਕਾ ਲਿਆ ਕੁਝ ਪਹਿਲਾਂ ਪਾਣੀ ਗਰਮ ਸੀ ਸੂਜੀ ਉਹਦੇ ਵਿੱਚ ਵੀ ਥੋੜੀ ਜਿਹੀ ਪੱਕ ਗਈ ਆ ਤੇ ਹੁਣ ਆਪਾਂ ਇਦਾਂ ਵੀ ਪਕਾ ਲਈਆਂ ਬਹੁਤ ਹੀ ਟੇਸਟੀ ਆਪਣੀਆਂ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੁੰਨੀਆਂ ਐ ਜੀ ਤੇ ਇਸ ਚੈਨਲ ਸਾਡੇ ਨੂੰ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਹੈ ਆ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੰਦਾਂ ਦੀ ਲੱਗੀ ਆ ਦੇਖੋ ਆਪਾਂ ਕਈ ਵਾਰੀ ਉਲਟ ਪਲਟ ਜਿਹੜੀਆਂ ਟਿੱਕੀਆਂ ਕਰ ਦਿਤੀਆਂ ਆ ਕਰਕੇ ਤੇ ਇਹਨਾਂ ਨੂੰ ਆਪਾਂ ਬਣਾ ਕੇ ਲਾ ਲੈਣੇ ਆ ਬਾਅਦ ਚ ਆਪਾਂ ਜਿਹੜੀਆਂ ਰਹਿੰਦੀਆਂ ਆ ਇੱਕ ਕੌਲੀ ਸੂਜੀ ਦੇ ਨਾਲ ਕਾਫੀ ਸਾਰੀਆਂ ਟਿੱਕੀਆਂ ਆਪਣੀਆਂ ਜਿਹੜੀਆਂ ਤਿਆਰ ਹੋ ਜੰਨੀਆਂ ਜੀ ਇਹੇ ਇਹ ਜਿਆਦਾ ਸੌਫਟ ਆ ਇਸ ਕਰਕੇ ਆਪਾਂ ਇਹਨਾਂ ਨੂੰ ਹੌਲੀ-ਹੌਲੀ ਜਿਹੜਾ ਆ ਪਲਟਦੇ ਸੀ ਤੇ ਹੁਣ ਆਪਾਂ ਸਾਰੀਆਂ ਇਹ ਲਾ ਲੈਣੀਆਂ ਆ ਲਾ ਕੇ ਜਿਹੜਾ ਦੂਜੀਆਂ ਰਹਿੰਦੀਆਂ ਉਹ ਵੀ ਆਪਾਂ ਪਾ ਦੇਣੀਆਂ ਆ ਤੇ ਪਾ ਕੇ ਇਹਨਾਂ ਨੂੰ ਵੀ ਆਪਾਂ ਬਣਾ ਕੇ ਲਾਲ ਮੰਗੇ ਜੀ ਤੇ ਟਿਕੀਆਂ ਆਪਣੀਆਂ ਬਹੁਤ ਵਧੀਆ ਬਣੀਆਂ ਜੀ ਦਿਨੀਆਂ ਸੋਹਣੀਆਂ ਦੇਖਣ ਨੂੰ ਲੱਗਦੀਆਂ ਉਹਨੀਆਂ ਟੇਸਟੀ ਇਹ ਖਾਣ ਨੂੰ ਆ ਜੀ ਤੁਸੀਂ ਵੀ ਬਣਾਓ ਬਣਾ ਕੇ ਕਮੈਂਟ ਕਰਕੇ ਦੱਸਿਓ ਤੁਹਾਡੀਆਂ ਟਿਕੀਆਂ ਕਿੱਦਾਂ ਦੀਆਂ ਬਣੀਆਂ ਦੇਖੋ ਆ ਦੂਜਾ ਬੈੱਜ ਜਿਹੜਾ ਸੀ ਉਹ ਵੀ ਰੈਡੀ ਹੋ ਗਿਆ ਆ ਇਹਨੂੰ ਵੀ ਆਪਾਂ ਲਾ ਲੈਨੇ ਫਿਰ ਆਪਾਂ ਇੱਕ ਪਲੇਟ 'ਚ ਰੱਖ ਕੇ ਤੁਹਾਨੂੰ ਦਿਖਾ ਲ ਦਨੇ ਆ ਜੀ ਤੇ ਲਓ ਜੀ ਆਪਾਂ ਇੱਕ ਪਲੇਟ 'ਚ ਰੱਖ ਕੇ ਦਿਖਾ ਲਤੀਆਂ ਜਿਆਦਾ ਡਾਰਕ ਨਹੀਂ ਆਪਾਂ ਕੀਤੀਆਂ ਉੱਪਰ ਉਹ ਹੈ ਕਰੰਚੀ ਆ ਤੇ ਵਿੱਚੋਂ ਬਿਲਕੁਲ ਸੌਫਟ ਵਾ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਜੀ ਟਿੱਕੀਆਂ ਤੁਸੀਂ ਵੀ ਬਣਾਇਓ ਜੀ ਲਓ ਜੀ ਮੈਂ ਤੋੜ ਕੇ ਤੁਹਾਨੂੰ ਦਿਖਾ ਲ ਦਨੀ ਆ ਵਿੱਚੋਂ ਬਿਲਕੁਲ ਪੋਲੀਆਂ ਆ ਇਹ ਆ ਦੇਖ ਲਓ ਤੇ ਵੈਸੇ ਵੀ ਪੱਕੀਆਂ ਆਆਂ ਕੱਚੀਆਂ ਨਹੀਂ ਹੈ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ